तू बलूंगड़िया जिन्ने सरेआम बंदा मार दिता है। एक नहीं चार लाशों मलक जेदे दे डेर तो जागे चुकलो सब ते कतला दा सिक्सर साढ़े अखा तेरी पा दे हैं फीडर पीन वाली उम्र च छे कतल ओ प्यू दा जनाजा चुकन दो पहलो प्यू दे कतल मार दो ते मैनू बबड़ा गुज्जर किन्ने कहने जिन्होंने इस कुड़ी दे खामन नु कतल करके ਇਹਨੂੰ ਬੇ ਆਬਰੂ ਕਰਦਾ ਹੈ। ਓਏ ਬਸ਼ੀਰੇ ਇਹਨਾਂ ਨੂੰ ਫੜ ਕੇ ਹਵਾਲਾ ਚ ਬੰਦ ਕਰ ਦੇ। ਓਏ ਅੱਗੇ ਲੱਗੋ ਮੈਂ ਇਸ ਮਜ਼ਲੂਮ ਦੀ ਇੱਜ਼ਤ ਤੇ ਵਾਪਸ ਨਹੀਂ ਕਰ ਸਕਦਾ ਪਰ ਇਹਦੀ ਇੱਜ਼ਤ ਲੁੱਟਣ ਵਾਲੇ ਲੁਟੇਰਿਆਂ ਨੂੰ ਤਖਤ ਦਾਰ ਤੱਕ ਜ਼ਰੂਰ ਪਹੁੰਚਾਵਾਂਗਾ ਤੇ ਤੂੰ ਬੇਫਿਕਰ ਹੋ ਕੇ ਜਾ। ਓਏ ਕੀ ਚੰਨ ਚਾੜਿਆ ਜੇ ਮਲਕ ਜ਼ਾਦਿਓ ਓਏ ਚੰਨ ਕੋਈ ਪਹਿਲੀ ਵਾਰੀ ਨਹੀਂ ਚਾੜਿਆ ਸਾਬਾਦਰ ਨਾਲੇ ਮੇਰਾ ਭਰਾ ਮਲਕ ਜੇਦਾ ਤੈਨੂੰ ਮੰਥਲੀ ਐਸੇ ਕੰਮ ਦੀ ਦਿੰਦਾ ਓ ਮੈਂ ਜਿਹਨੂੰ ਅੱਖ ਕੂਰ ਕੇ ਵੇਖ ਲਵਾਂ ਮੈਂ ਉਹ ਬੰਦਾ ਹੀ ਮਰ ਦੇਣਾ ਵਾ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉਸ ਕੁੜੀ ਦੇ ਬੰਦੇ ਦਾ ਕਤਲ ਕੀਤਾ ਹੈ ਔਰ ਨਾ ਹੀ ਇਹ ਕਹਿ ਰਿਹਾ ਕਿ ਤੁਸੀਂ ਉਹਦੀ ਇੱਜ਼ਤ ਲੁੱਟੀ ਏ ਪਰ ਮੈਨੂੰ ਤੁਹਾਡੇ 'ਤੇ ਅਫਸੋਸ ਹੈ ਕਿ ਤੁਸੀਂ ਮੌਕੇ ਦੇ ਗਵਾਹ ਅਸ਼ਰਫ ਗੁੱਜਰ ਨੂੰ ਛੱਡ ਦਿੱਤਾ ਹੈ। ਇਸ ਕੇਸ ਦੇ ਪਿੰਜਰੇ 'ਚੋਂ ਤੂੰ ਆਜ਼ਾਦ ਕਰ ਦੇ ਉਸ ਮੌਕੇ ਦੇ ਗਵਾਹ ਦੇ ਸਾਹ ਅਸੀਂ ਆਪ ਪੀ ਲਾਂਗੇ ਆ ਮੈਂ ਗੁੱਜਰਾਂ ਵੀ ਜਾਣਾ ਤੇ ਵਸਰਾਂ ਵੀ ਜਾਣਾ। ਠੀਕ ਹੈ ਪਰ ਇੱਕ ਗੱਲ ਯਾਦ ਰੱਖਣਾ ਕੱਲ ਸ਼ਾਮ ਤੋਂ ਪਹਿਲਾਂ ਅਸ਼ਰਫ ਗੁੱਜਰ ਦਾ ਕਤਲ ਹੋਣਾ ਬਹੁਤ ਜ਼ਰੂਰੀ ਹੈ। ਸ਼ਾਮ ਤੋਂ ਪਹਿਲਾਂ ਮਾਰ ਦਿਆਂਗੇ। ਉਹ ਕੀ ਸਮਝਦਾ ਸਾਂ ਕਿ ਜੇਲ੍ਹ ਦੀਆਂ ਕੰਧਾਂ ਮੇਰੇ ਭਰਾਵਾਂ ਲਈ ਕਬਰ ਦੀਆਂ ਕੰਧਾਂ ਬਣ ਜਾਣਗੀਆਂ। ਜਿਹੜੇ ਜ਼ੁਲਮ ਦੀ ਸਜ਼ਾ ਤੁਹਾਨੂੰ ਕਾਨੂੰਨ ਨੇ ਨਹੀਂ ਦਿੱਤੀ ਉਹ ਜ਼ੁਲਮ ਦਾ ਹਿਸਾਬ ਗੁੱਜਰ ਜ਼ਰੂਰ ਲਵੇਗਾ ਤੇ ਅੱਜ ਇਸ ਗੁੱਜਰ ਨੂੰ ਇੰਨਾ ਭਿਆਨਕ ਕਤਲ ਕਰਾਂਗੇ ਤੇ 100 ਸਾਲ ਤੱਕ ਕੋਈ ਵੀ ਗੁੱਜਰ ਮਲਕਾ ਨਾਲ ਮੁਤੱਕਾ ਨਹੀਂ ਲਾਏਗਾ। ਅਕਲ ਨੂੰ ਹੱਥ ਮਾਰੋ ਮਲਕਾ ਸ਼ੇਰ ਆਲਮ ਦੀ ਪੱਗ ਨੂੰ ਮਾਏ ਦੀ ਥਾਂ ਮੇਰਾ ਪੁੱਤਰ ਤੁਹਾਡੀ ਰਤ ਨਾਲ ਨਾ ਰੰਗ ਦੇਵੇ। ਫਿਰ ਤੇਰੀ ਇਸ ਪੱਗ ਨੂੰ ਤੇਰੇ ਪੁੱਤਰ ਦਾ ਕਫਨ ਬਣਾ ਕੇ ਜਾਵਾਂਗੇ। ਐ ਕੀ ਕੀਤਾ ਭੈਣਾ? ਐ ਨਾ ਸਮਝੀ ਕਿ ਮੈਂ ਤੇਰੀ ਜਾਨ ਬਚਾਉਣ ਵਾਸਤੇ ਮਰੀ ਆ। ਮਰ ਤੇ ਮੈਂ ਉਹਦੇ ਗਈ ਸਾਂ ਜਦੋਂ ਇਹਨਾਂ ਜ਼ਾਲਮਾਂ ਨੇ ਮੇਰੀ ਇੱਜ਼ਤ ਲੁੱਟ ਕੇ ਮੇਰਾ ਖਾਵਨ ਮਾਰਿਆ ਸੀ। ਵੀਰਾ ਹੁਣ ਤੇ ਮੈਂ ਤੇਰੇ ਇਹਸਾਨਾਂ ਦੀ ਕੀਮਤ ਅਦਾ ਕੀਤੀ ਹੈ। ਓ ਬਗਾਰਤਾ Thank you.
ਅੱਲਾ ਜੁਗਨੂ ਚੱਲ ਕੇ ਚੁਤਵਾਨੀ ਨੂੰ ਤਲਾ ਦੇ ਕਿ ਮਲਕਾ ਨੇ ਤੇਰੇ ਸ਼ੌਹਰ ਨੂੰ ਮਾਰ ਦਿੱਤਾ। ਮਰੀਨਾ ਮੇਰੇ ਪੁੱਤਰਾ, ਉਹ ਨਹੀਂ ਤੇ ਤੇਰੇ ਪਿਓ ਦੀ ਕੰਡ ਮੰਗੀ ਹੋ ਜਾਏਗੀ। ਅੱਬਾ ਮੈਂ ਬਾਹਰ ਵੀ ਜਾਵਾ। ਜੇ ਚਾਹੀਏ ਤੇ ਤੇਰੇ ਵੀ ਸਾਹ ਪੀ ਜਾਈਏ। ਤੈਨੂੰ ਜਿਉਂਦਾ ਛੱਡ ਕੇ ਇਸ ਲਈ ਜਾ ਰਿਹਾ ਤੇ ਤੇਰੇ ਵੈਣ ਮਲਕ ਜੇਦੇ ਦੀ ਦਹਿਸ਼ਤ ਦਾ ਟੰਕਾ ਵੱਜ ਕੇ ਇਸ ਪੂਰੇ ਸ਼ਹਿਰ ਵਿੱਚ ਵੱਜਦੇ ਰਹਿਣਗੇ।